सबको जैम सी की, मैं जतिन बब्बर और आप देख रहे हैं मसीह परिवार चैनल। तो जैसे कि आप सब जानते हैं कि हम अपने चैनल पे, मसीह परिवार चैनल पे अलग अलग पास्टर्स की वीडियो को अपलोड करते हैं। अगर आप भी अपनी वीडियोस को, अपनी मिनिस्ट्री की वीडियोस को, अपनी टेस्टिमनीज को हमारे चैनल मसीह परिवार चैनल पे अपलोड करवाना चाहते हैं तो आप हमारे नंबर पे कांटेक्ट कर सकते हैं 9041690174। तो अगर आपको हमारा चैनल अच्छा लगता है, अलग अलग पास्टर्स की वीडियो देखना अच्छा लगता है, ब्लेसिंग अगर आपको चाहिए तो आप हमारे चैनल को सब्सक्राइब कीजिए, लाइक कीजिए और वीडियो को ज़्यादा से ज़्यादा शेयर कीजिए। संसार दियाँ चीज़ां नू देख के, जो जो चीज़ां परमेश्वर तो दूर कर दियाँ आ, उन्हां चीज़ां नू देख के थानू नफरत होनी चाहिए आ, थानू घृणा होनी चाहिए आ, ਤੁਹਾਡਾ ਮਨ ਲਲਚਾਣਾ ਨਹੀਂ ਚਾਹੀਦਾ ਕਿ ਮੈਂ ਵੀ ਥੋੜ੍ਹਾ ਜਿਹਾ ਇਹਦੇ ਵਿੱਚ ਨੱਚ ਲਵਾਂ, ਮੈਂ ਵੀ ਇਸ ਪਾਪ ਦੇ ਵਿੱਚ ਸ਼ਾਮਿਲ ਹੋ ਜਾਵਾਂ, ਮੈਂ ਵੀ ਇਸ ਠੱਠਾ ਮਕੌਲ ਦੇ ਵਿੱਚ ਸ਼ਾਮਿਲ ਹੋ ਜਾਵਾਂ। ਪਰਮੇਸ਼ਰ ਨੇ ਕਿਹਾ ਤੁਸੀਂ ਮਰੇ ਹੋਣੇ ਚਾਹੀਦੇ ਆ, ਮੇਰੇ ਲੋਕ ਆਪਣੇ ਆਪ ਦੇ ਲਈ ਮਰੇ ਹੋਣੇ ਚਾਹੀਦੇ ਆ, ਤੁਸੀਂ ਆਪਣੇ ਆਪ ਦੇ ਲਈ ਜੀਵਿਤ ਨਹੀਂ ਹੋਣੇ ਚਾਹੀਦੇ, ਉਹਨਾਂ ਅਭਿਲਾਸ਼ਾਵਾਂ ਦੇ ਲਈ ਤੁਸੀਂ ਮਰੇ ਹੋਣੇ ਚਾਹੀਦੇ ਆ। ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਐਸਾ ਨਾ ਹੋ ਕੇ ਮੈਂ ਕਿਸੇ ਹੋਰ ਚੀਜ਼ ਦੇ ਉੱਤੇ ਘਮੰਡ ਨਹੀਂ ਹੋਣਾ ਚਾਹੀਦਾ, ਕੇਵਲ ਹਮਾਰੇ ਪ੍ਰਭੂ ਯੇਸ਼ੂ ਮਸੀਹ ਕੇ ਕ੍ਰੂਜ਼ ਕਾ, ਜਿਸਕੇ ਦੁਆਰਾ ਸੰਸਾਰ ਮੇਰੀ ਦ੍ਰਿਸ਼ਟੀ ਮੇਂ ਔਰ ਮੈਂ ਸੰਸਾਰ ਕੀ ਦ੍ਰਿਸ਼ਟੀ ਮੇਂ ਕ੍ਰੂਜ਼ ਪਰ ਚੜਾਇਆ ਗਿਆ ਹੂੰ। ਤੁਹਾਡੀ ਸਰੀਰਕ ਲਾਈਫ ਕ੍ਰੂਜ਼ ਦੇ ਉੱਤੇ ਚੜੀ ਹੋਣੀ ਚਾਹੀਦੀ ਆ, ਤੁਸੀਂ ਆਤਮਾ ਦੇ ਵਿੱਚ ਜੀਵਿਤ ਹੋਣੇ ਚਾਹੀਦੇ ਆ, ਤੁਸੀਂ ਪਰਮੇਸ਼ਰ ਦੇ ਵਿੱਚ ਜੀਵਿਤ ਹੋਣੇ ਚਾਹੀਦੇ ਆ, ਤੁਸੀਂ ਪਵਿੱਤਰ ਆਤਮਾ ਦੇ ਨਾਲ ਰਿਲੇਸ਼ਨਸ਼ਿਪ 'ਚ ਜੀਵਿਤ ਹੋਣੇ ਚਾਹੀਦੇ ਆ। ਆਪਣੀਆਂ ਅੱਖਾਂ ਨੂੰ ਬੰਦ ਕਰੋ, ਸਭ ਤੋਂ ਪਹਿਲਾਂ ਇਸ ਵਚਨ ਦੇ ਲਈ ਪ੍ਰਾਰਥਨਾ ਕਰੋ ਕਿ ਪਰਮੇਸ਼ਵਰ ਜੋ ਤੂੰ ਮੈਨੂੰ ਇਹ ਗੱਲਾਂ ਦਿੱਤੀਆਂ ਪਰਮੇਸ਼ਵਰ ਕਿ ਸੰਸਾਰ ਦੇ ਨਾਲ ਪਰਮੇਸ਼ਵਰ ਮੇਰਾ ਇਸ ਤਰ੍ਹਾਂ ਦਾ ਸੰਬੰਧ ਨਹੀਂ ਹੋਣਾ ਚਾਹੀਦਾ, ਪਰਮੇਸ਼ਵਰ ਜੋ ਵਚਨ ਅੱਜ ਮੈਂ ਇਹ ਸਿੱਖਿਆ, ਪਰਮੇਸ਼ਵਰ ਜੋ ਤੇਰੀਆਂ ਗੱਲਾਂ ਇਹ ਸਿੱਖੀਆਂ, ਪਰਮੇਸ਼ਵਰ ਅੱਜ ਮੈਂ ਉਸ ਵਚਨ ਦੇ ਉੱਤੇ ਚੱਲਣ ਦੇ ਲਈ ਮੇਰੀ ਮਦਦ ਕਰੋ ਪਰਮੇਸ਼ਵਰ। ਅੱਜ ਬੋਲੋ ਪਰਮੇਸ਼ਵਰ ਮੈਂ ਆਪਣੇ ਆਪ ਨੂੰ ਇੱਕ ਪਰਦੇਸੀ ਔਰ ਯਾਤਰੀ ਜਾਣਾ ਪਰਮੇਸ਼ਵਰ। ਕਰੋ ਕਰੋ ਪਰਮੇਸ਼ਵਰ ਮੇਰੀ ਅੱਖ ਨੂੰ ਨਿਰਮਲ ਰੱਖ ਪਰਮੇਸ਼ਵਰ। ਤੇਰੇ ਵਚਨ 'ਚ ਲਿਖਿਆ ਸਰੀਰ ਕਾ ਦੀਆ ਆਖ ਹੈ, ਇਸ ਲਈ ਜਦੀ ਤੇਰੀ ਆਖ ਨਿਰਮਲ ਹੋ ਤੋ ਤੇਰਾ ਸਾਰਾ ਸਰੀਰ ਵੀ ਉਜਾਲਾ ਹੋਗਾ, ਪਰੰਤੂ ਜਦੀ ਤੇਰੀ ਆਖ ਬੁਰੀ ਹੋ ਤੋ ਤੇਰਾ ਸਾਰਾ ਸਰੀਰ ਵੀ ਅੰਧੇਰੇ ਮੇਂ ਹੋਗਾ, ਇਸ ਕਾਰਨ ਵਹਿ ਉਜਾਲਾ ਜੋ ਤੁਝਮੇ ਹੈ ਜਦੀ ਅੰਧਕਾਰ ਹੋ ਤੋ ਵਹਿ ਅੰਧਕਾਰ ਕੈਸਾ ਬੜਾ ਹੋਗਾ। ਅੱਜ ਬੋਲੋ ਪਰਮੇਸ਼ਵਰ ਅੱਜ ਮੇਰੀਆਂ ਅੱਖਾਂ ਨੂੰ ਪਵਿੱਤਰ ਕਰ ਪਰਮੇਸ਼ਵਰ, ਅੱਜ ਮੈਨੂੰ ਅੱਖਾਂ ਦੀ ਅਭਿਲਾਸ਼ਾਂ ਤੋਂ ਪਰਮੇਸ਼ਵਰ ਦੂਰ ਕਰ ਪਰਮੇਸ਼ਵਰ, ਅੱਜ ਮੇਰੀਆਂ ਅੱਖਾਂ ਦੇ ਉੱਤੇ ਕਬਜ਼ਾ ਕਰ ਪਰਮੇਸ਼ਵਰ, ਕਿਉਂਕਿ ਪਰਮੇਸ਼ਵਰ ਦੇ ਵਚਨ 'ਚ ਲਿਖਿਆ ਪੌਲਸ ਕਹਿੰਦਾ ਅਗਰ ਮੈਂ ਮਨੁੱਖਾਂ ਨੂੰ ਹੀ ਪ੍ਰਸੰਨ ਕਰਦਾ ਰਹਿੰਦਾ ਤਾਂ ਮੈਂ ਅੱਜ ਪਰਮੇਸ਼ਵਰ ਦਾ ਦਾਸ ਨਾ ਹੁੰਦਾ, ਸੇਵਕ ਨਾ ਹੁੰਦਾ। ਬੋਲੋ ਪਰਮੇਸ਼ਵਰ ਅੱਜ ਮੈਂ ਤੈਨੂੰ ਪ੍ਰਸੰਨ ਕਰ ਸਕਾਂ ਪਰਮੇਸ਼ਵਰ, ਮੈਂ ਮਨੁੱਖਾਂ ਨੂੰ ਪ੍ਰਸੰਨ ਕਰਨ ਵਾਲਾ ਨਾ ਹੋਵਾਂ ਪਰਮੇਸ਼ਵਰ, ਮੈਂ ਤੈਨੂੰ ਪ੍ਰਸੰਨ ਕਰਨ ਵਾਲਾ ਬਣਾ ਪਰਮੇਸ਼ਵਰ, ਮੈਂ ਉਸ ਪਾਪ ਦਾ ਨਾ ਕਰ ਸਕਾਂ ਪਰਮੇਸ਼ਵਰ। ਬੋਲੋ 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 ਪਰਮੇਸ਼ਵਰ ਮੈਂ ਧਰਮ ਦੇ ਨਾਲ ਪ੍ਰੇਮ ਕਰ ਸਕਾਂ ਪਰਮੇਸ਼ਵਰ, ਮੈਂ ਅਧਰਮ ਤੋਂ ਦੂਰ ਰਹਿ ਸਕਾਂ ਪਰਮੇਸ਼ਵਰ, ਮੈਂ ਬੁਰਾਈ ਤੋਂ ਦੂਰ ਰਹਿ ਸਕਾਂ ਪਰਮੇਸ਼ਵਰ, ਮੈਂ ਉਸ ਠੱਠਾ ਮਖੌਲ ਤੋਂ ਦੂਰ ਰਹਿ ਸਕਾਂ ਪਰਮੇਸ਼ਵਰ, ਮੈਂ ਉਹਨਾਂ ਸੰਸਾਰਿਕ ਗੱਲਾਂ 'ਚੋਂ ਦੂਰ ਰਹਿ ਸਕਾਂ ਪਰਮੇਸ਼ਵਰ ਜੋ ਮੈਨੂੰ ਬੁਰਾਈ ਦੇ ਵਿੱਚ ਗਿਰਾਉਂਦੀਆਂ ਪਰਮੇਸ਼ਵਰ। ਬੋਲੋ ਬੋਲੋ ਪਰਮੇਸ਼ਵਰ ਮੈਂ ਬੁਰਾਈ ਤੋਂ ਘ੍ਰਿਣਾ ਕਰ ਸਕਾਂ ਪਰਮੇਸ਼ਵਰ, ਮੈਂ ਪਾਪ ਨੂੰ ਦੇਖ ਕੇ ਪਰਮੇਸ਼ਵਰ ਤੋਂ ਘ੍ਰਿਣਾ ਕਰ ਸਕਾਂ ਪਰਮੇਸ਼ਵਰ, ਮੈਂ ਉਹ ਤੋਂ ਨਫ਼ਰਤ ਕਰ ਸਕਾਂ ਪਰਮੇਸ਼ਵਰ, ਮੈਂ ਪਾਪ ਦੇ ਵਿੱਚ ਸ਼ਾਮਿਲ ਨਾ ਹੋਵਾਂ ਪਰਮੇਸ਼ਵਰ, ਇਸ ਸੰਸਾਰ ਦੀਆਂ ਅਭਿਲਾਸ਼ਾਂ ਮੈਨੂੰ ਫਸਾ ਨਾ ਸਕਣ ਪਰਮੇਸ਼ਵਰ। ਯੈਸ 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 ਬੋਲੋ ਪਰਮੇਸ਼ਵਰ ਮੈਂ ਇਹਨਾਂ ਚੀਜ਼ਾਂ ਤੋਂ ਘ੍ਰਿਣਾ ਕਰ ਸਕਾਂ ਪਰਮੇਸ਼ਵਰ, ਮੈਂ ਤੈਨੂੰ ਪ੍ਰਸੰਨ ਕਰ ਸਕਾਂ ਪਰਮੇਸ਼ਵਰ। ਬੋਲੋ ਪਰਮੇਸ਼ਵਰ ਮੈਂ ਤੈਨੂੰ ਪ੍ਰਸੰਨ ਕਰ ਸਕਾਂ ਪਰਮੇਸ਼ਵਰ,
ਕਿਉਂਕਿ ਬਾਈਬਲ 'ਚ ਲਿਖਿਆ ਬਹੁਤ ਸਾਰੇ ਦਾਸਾਂ ਨੇ, ਸੇਵਕਾਂ ਨੇ ਖੁਦਾਵੰਦ ਤੈਨੂੰ ਪ੍ਰਸੰਨ ਕੀਤਾ ਅਤੇ ਉਹ ਜੀਵਿਤ ਉਠਾਏ ਗਏ ਪਰਮੇਸ਼ਰ। ਪਰਮੇਸ਼ਰ ਤੂੰ ਉਹਨਾਂ ਦਾ ਅਭਿਸ਼ੇਕ ਕੀਤਾ ਪਰਮੇਸ਼ਰ, ਉਹਨਾਂ ਨੂੰ ਉੱਚਾ ਕੀਤਾ ਪਰਮੇਸ਼ਰ। ਤੂੰ ਮੈਨੂੰ ਦੇਖ ਕੇ ਕਹਿ ਸਕੇ ਇਹ ਮੇਰਾ ਬੇਟਾ, ਮੇਰਾ ਪ੍ਰਿਯ ਬੇਟਾ ਆ ਪਰਮੇਸ਼ਰ। ਜਿਸ ਤਰ੍ਹਾਂ ਪਰਮੇਸ਼ਰ ਘਮੰਡ ਕਰਦਾ ਸੀ ਆਪਣੇ ਦਾਸਾਂ ਦੇ ਉੱਤੇ ਕਿ ਇਹ ਮੇਰਾ ਦਾਸ, ਮੇਰਾ ਪ੍ਰਿਯ ਦਾਸ ਆ, ਬੋਲੋ ਪਰਮੇਸ਼ਰ ਤੂੰ ਮੈਨੂੰ ਦੇਖ ਕੇ ਘਮੰਡ ਕਰੇ ਪਰਮੇਸ਼ਰ। ਤੂੰ ਮੈਨੂੰ ਦੇਖ ਕੇ ਕਹੇ ਕਿ ਇਹ ਮੇਰਾ ਪ੍ਰਿਯ ਬੇਟਾ ਆ, ਮੇਰੀ ਪ੍ਰਿਯ ਬੇਟੀ ਆ ਪਰਮੇਸ਼ਰ। ਬੋਲੋ ਪਰਮੇਸ਼ਰ ਮੈਂ ਆਪਣੇ ਜੀਵਨ ਦੇ ਵਿੱਚ ਤੈਨੂੰ ਪ੍ਰਸੰਨ ਕਰ ਸਕਾਂ ਪਰਮੇਸ਼ਰ। ਇਹ ਫੈਸਲੇ ਤੁਹਾਡੇ ਕੀਤੇ ਗਏ ਫੈਸਲੇ ਤੁਹਾਨੂੰ ਬਲੈਸ ਕਰਨਗੇ। ਯੈਸ 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 ਯੈਸ, ਕਰੋ 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 ਪ੍ਰਾਰਥਨਾ। ਪਰਮੇਸ਼ਰ ਅੱਜ ਪ੍ਰਸੰਨ ਹੋ ਰਿਹਾ, ਤੁਸੀਂ ਡਿਸੀਜ਼ਨ ਲੈ ਰਹੇ ਹੋ, ਤੁਸੀਂ ਫੈਸਲੇ ਲੈ ਰਹੇ ਹੋ, ਤੁਸੀਂ ਪ੍ਰਾਰਥਨਾ ਕਰ ਰਹੇ ਹੋ, ਤਾਂ ਮੇਰਾ ਪਰਮੇਸ਼ਰ ਔਰ ਚਰਚ ਦੀ ਕਲੀਸੀਆ ਨੂੰ ਦੇਖ ਕੇ, ਜਿੰਨੇ ਲੋਕ ਆਨਲਾਈਨ ਆ, ਜਿੰਨੇ ਲੋਕ ਇੱਥੇ ਆ, ਮੇਰਾ ਪਰਮੇਸ਼ਰ ਅੱਜ ਪ੍ਰਸੰਨ ਹੋ ਰਿਹਾ ਆ, ਕਿਉਂਕਿ ਤੁਸੀਂ ਉਸ ਖੁਦਾ ਦੀ ਆਵਾਜ਼ ਨੂੰ ਸੁਣ ਕੇ ਉਹਦੇ ਅਨੁਸਾਰ ਮੰਨਣ ਦਾ ਫੈਸਲਾ ਕਰ ਰਹੇ ਹੋ। ਮੇਰਾ ਪਰਮੇਸ਼ਰ ਅੱਜ ਦੇਖ ਕੇ ਪ੍ਰਸੰਨ ਹੋ ਰਿਹਾ ਆ। In Jesus Christ's name, Amen, Amen. ਜਦੋਂ ਤੁਸੀਂ ਪ੍ਰਾਰਥਨਾ ਕਰ ਰਹੇ ਸੀ, ਤੁਸੀਂ ਪਰਮੇਸ਼ਰ ਤੋਂ ਅਨੁਗ੍ਰਹਿ ਨੂੰ ਮੰਗ ਰਹੇ ਸੀ, ਔਰ ਮੇਰਾ ਪਰਮੇਸ਼ਰ ਤੁਹਾਨੂੰ ਦੇਖ ਕੇ ਪ੍ਰਸੰਨ ਹੋ ਰਿਹਾ ਸੀਗਾ, ਕਿਉਂਕਿ ਤੁਸੀਂ ਖੁਦਾ ਦੀ ਉਸ ਆਵਾਜ਼ ਨੂੰ ਮੰਨਣ ਦੇ ਲਈ ਤੁਸੀਂ ਫੈਸਲੇ ਲੈ ਰਹੇ ਸੀ। ਅੱਜ ਪਰਮੇਸ਼ਰ ਤੁਹਾਤੋਂ ਬਹੁਤਾਇਤ ਦੇ ਨਾਲ ਜਿਹੜਾ ਆ ਉਹ ਪ੍ਰਸੰਨ ਹੋ ਰਿਹਾ ਅੱਜ ਦੇਖ ਕੇ ਖੁਦਾ ਤੁਹਾਨੂੰ। ਅੱਜ ਤੁਸੀਂ ਇਹ ਫੈਸਲਾ ਲੈ ਚੁੱਕੇ ਹੋ ਕਿ ਤੁਸੀਂ ਪਰਮੇਸ਼ਰ ਦੇ ਨਾਲ ਸੰਬੰਧ ਰੱਖਣਾ, ਤੁਸੀਂ ਸੰਸਾਰ ਦੇ ਨਾਲ ਸੰਬੰਧ ਜਿਹੜਾ ਉਹ ਨਹੀਂ ਰੱਖਣਾ। ਸੰਸਾਰ ਚਾਹੇ ਨਾਰਾਜ਼ ਹੋ ਜਾਵੇ, ਦੋਸਤ ਚਾਹੇ ਨਾਰਾਜ਼ ਹੋ ਜਾਵੇ, ਪਰ ਪਰਮੇਸ਼ਰ ਨਾਰਾਜ਼ ਨਹੀਂ ਹੋਣਾ ਚਾਹੀਦਾ। ਔਰ ਉਸ ਤੋਂ ਬਾਅਦ ਪਰਮੇਸ਼ਰ ਦਾ ਵਚਨ ਆਪਾਂ ਪੜ੍ਹਾਂਗੇ, 2 ਕੋਰੰਥੀਆਂ 6:14-18 ਲਿਖਿਆ ਆ, ਅਵਿਸ਼ਵਾਸੀਓ ਕੇ ਸਾਥ ਅਸਮਾਨ ਜੂਏ ਮੇਂ ਨਾ ਜੂਤੋ, ਕਿਉਂਕਿ ਧਾਰਮਿਕਤਾ ਕਾ ਅਧਰਮ ਸੇ ਕਿਆ ਮੇਲ ਜੋਲ, ਜੋਤੀ ਕਾ ਅੰਧਕਾਰ ਸੇ ਕਿਆ ਸੰਗਤੀ, ਮਸੀਹ ਕਾ ਵਿਲਿਆਲ ਕੇ ਸਾਥ ਕਿਆ ਲਗਾਵ, ਵਿਸ਼ਵਾਸੀ ਕਾ ਅਵਿਸ਼ਵਾਸੀ ਕੇ ਸਾਥ ਕਿਆ ਨਾਤਾ, ਮੂਰਤੀਓ ਕੇ ਸਾਥ ਪਰਮੇਸ਼ਰ ਕੇ ਮੰਦਿਰ ਕਾ ਕਿਆ ਸੰਬੰਧ, ਕਿਉਂਕਿ ਹਮ ਤੋ ਜੀਵਤੇ ਪਰਮੇਸ਼ਰ ਕੇ ਮੰਦਿਰ ਹੈ, ਜੈਸਾ ਪਰਮੇਸ਼ਰ ਨੇ ਕਿਹਾ ਮੈਂ ਉਨਮੇਂ ਵਸੂੰਗਾ, ਉਨਮੇਂ ਚਲਾ ਫਿਰਾ ਕਰੂੰਗਾ, ਮੈਂ ਉਨਕਾ ਪਰਮੇਸ਼ਰ ਹੋਊਂਗਾ ਔਰ ਵੇ ਮੇਰੇ ਲੋਕ ਹੋਣਗੇ। ਪਰਮੇਸ਼ਰ ਦੇ ਵਚਨ 'ਚ ਕੀ ਲਿਖਿਆ, ਜਦੋਂ ਤੁਸੀਂ ਇਹ ਡਿਸੀਜ਼ਨ ਲੈਂਦੇ ਹੋ ਕਿ ਅਸੀਂ ਸੰਸਾਰ ਨੂੰ ਪ੍ਰਿਯ ਜਿਹੜਾ ਉਹ ਨਹੀਂ ਜਾਣਨਾ, ਜਿਸ ਤਰ੍ਹਾਂ ਪੌਲੁਸ ਕਹਿੰਦਾ ਆ ਕਿ ਅਗਰ ਮੈਂ ਮਨੁੱਸ਼ਾਂ ਨੂੰ ਪ੍ਰਸੰਨ ਕਰਦਾ ਰਹਿੰਦਾ, ਅੱਜ ਮੈਂ ਪਰਮੇਸ਼ਰ ਦਾ ਦਾਸ ਸੇਵਕ ਨਹੀਂ ਹੁੰਦਾ, ਅੱਜ ਤੁਸੀਂ ਇਹ ਡਿਸੀਜ਼ਨ ਲੈ ਚੁੱਕੇ ਹੋ ਕਿ ਮੈਂ ਸੰਸਾਰ ਨੂੰ ਪ੍ਰਿਯ ਨਹੀਂ ਜਾਣਨਾ, ਮੇਰਾ ਦੋਸਤ ਚਾਹੇ ਨਾਰਾਜ਼ ਹੋ ਜਾਵੇ, ਕੋਈ ਜਨ ਚਾਹੇ ਨਾਰਾਜ਼ ਹੋ ਜਾਵੇ, ਕੋਈ ਮੈਨੂੰ ਟੈਨਸ਼ਨ ਨਹੀਂ ਆ, ਬਲਕਿ ਮੈਂ ਪਰਮੇਸ਼ਰ ਨੂੰ ਖੁਸ਼ ਕਰਨਾ ਆ। ਤਾਂ ਤੁਸੀਂ ਪਰਮੇਸ਼ਰ ਨੂੰ ਪ੍ਰਸੰਨ ਕਰਦੇ ਹੋ ਤਾਂ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਮੇਰਾ ਆਤਮਾ ਤੇਰੇ ਵਿੱਚ ਵਾਸ ਕਰੇਗਾ। ਪਰਮੇਸ਼ਰ ਨੇ ਕਿਹਾ ਕਿਉਂਕਿ ਹਮ ਤੋ ਜੀਵਤੇ ਪਰਮੇਸ਼ਰ ਕੇ ਮੰਦਿਰ ਹੈ, ਅਸੀਂ ਕੀ ਹਾਂ, ਅਸੀਂ ਜੀਵਤੇ ਪਰਮੇਸ਼ਰ ਦੇ ਮੰਦਿਰ ਹਾਂ, ਜੈਸਾ ਪਰਮੇਸ਼ਰ ਨੇ ਕਿਹਾ ਮੈਂ ਉਨਮੇਂ ਵਸੂੰਗਾ। ਜਦੋਂ ਤੁਸੀਂ ਪਵਿੱਤਰ ਆਤਮਾ ਨੂੰ ਪ੍ਰਸੰਨ ਕਰੋਗੇ, ਸੰਸਾਰ ਨੂੰ ਪ੍ਰਸੰਨ ਨਹੀਂ ਕਰੋਗੇ, ਤਾਂ ਪਰਮੇਸ਼ਰ ਦਾ ਆਤਮਾ ਤੁਹਾਡੇ ਅੰਦਰ ਵਸੇਗਾ, ਅਤੇ ਪਰਮੇਸ਼ਰ ਨੇ ਕਿਹਾ ਮੈਂ ਉਨਮੇਂ ਵਸੂੰਗਾ, ਉਨਮੇਂ ਚਲਾ ਫਿਰਾ ਕਰੂੰਗਾ, ਮੈਂ ਉਨਕਾ ਪਰਮੇਸ਼ਰ ਹੋਊਂਗਾ ਔਰ ਵੇ ਮੇਰੇ ਲੋਕ ਹੋਣਗੇ। ਸਮਝੇ ਇਸ ਚੀਜ਼ ਨੂੰ ਕਿ ਪਰਮੇਸ਼ਰ ਨੇ ਕਿਹਾ ਜਦੋਂ ਇਹ ਮੇਰੇ ਲੋਕ ਪਵਿੱਤਰ ਆਤਮਾ ਦੀ ਗੱਲ ਨੂੰ ਸਮਝਣਗੇ, ਤਾਂ ਮੇਰਾ ਆਤਮਾ ਇਹਦੇ ਇਹਨਾਂ ਦੇ ਅੰਦਰ ਹੋਏਗਾ, ਮੈਂ ਇਹਨਾਂ ਦੇ ਨਾਲ ਚੱਲਿਆ ਫਿਰਾ ਕਰਾਂਗਾ, ਇਹ ਮੇਰੇ ਲੋਕ ਹੋਣਗੇ, ਮੈਂ ਇਹਨਾਂ ਦਾ ਪਰਮੇਸ਼ਰ ਹੋਵਾਂਗਾ। ਦੇਖਦੇ ਹਾਂ ਨਾ ਆਪਾਂ ਕਿ ਇਜ਼ਰਾਈਲ ਦਾ ਪਰਮੇਸ਼ਰ, ਇਜ਼ਰਾਈਲੀਆਂ ਨੂੰ ਲੈ ਕੇ ਗਿਆ ਪਰਮੇਸ਼ਰ, ਬਾਈਬਲ 'ਚ ਲਿਖਿਆ
ਜੋ ਦੁਸ਼ਮਣ ਉਹਦੇ ਅੱਗੇ ਆਉਂਦੇ ਸੀ ਪਰਮੇਸ਼ਰ ਨਾਸ਼ ਕਰ ਦਿੰਦਾ ਸੀ। ਪਰਮੇਸ਼ਰ ਨੇ ਕਿਸ ਤਰ੍ਹਾਂ ਇਜ਼ਰਾਈਲੀ ਲੋਕਾਂ ਨੂੰ ਛੁਡਾਇਆ, ਉਹ ਪਰਮੇਸ਼ਰ ਜਿਸਨੇ ਲਾਲ ਸਮੁੰਦਰ ਦੋ ਭਾਗ ਕਰ ਦਿੱਤਾ, ਉਹ ਪਰਮੇਸ਼ਰ ਜਿਸਨੇ ਆਪਣੇ ਲੋਕਾਂ ਨੂੰ ਕਦੇ ਘਟੀ ਨਹੀਂ ਹੋਣ ਦਿੱਤੀ, ਉਹ ਪਰਮੇਸ਼ਰ ਕਹਿ ਰਿਹਾ ਕਿ ਅਗਰ ਤੁਸੀਂ ਪਵਿੱਤਰ ਆਤਮਾ ਦੀ ਗੱਲ ਨੂੰ ਮੰਨੋਗੇ, ਉਹ ਪਰਮੇਸ਼ਰ ਤੁਹਾਡੇ ਨਾਲ ਹੋਏਗਾ। ਉਹ ਸਵਰਗ ਔਰ ਪ੍ਰਿਥਵੀ ਦਾ ਮਾਲਿਕ, ਉਹ ਆਕਾਸ਼ ਔਰ ਪ੍ਰਿਥਵੀ ਨੂੰ ਬਣਾਉਣ ਵਾਲਾ ਪਰਮੇਸ਼ਰ, ਉਹ ਮੁਰਦਿਆਂ ਨੂੰ ਜੀਵਿਤ ਕਰਨ ਵਾਲਾ ਪਰਮੇਸ਼ਰ। ਪਰਮੇਸ਼ਰ ਨੇ ਕਿਹਾ ਮੈਂ ਤੁਹਾਡਾ ਪਰਮੇਸ਼ਰ ਹੋਵਾਂਗਾ। ਜਦੋਂ ਆਪਾਂ ਨੈਕਸਟ ਪੜ੍ਹਦੇ ਹਾਂ 17 ਦੇ ਵਿੱਚ, ਇਸ ਲਈ ਪ੍ਰਭੂ ਕਹਿਤਾ ਉਨਕੇ ਬੀਜ ਮੇਂ ਸੇ ਨਿਕਲੋ, ਅਲੱਗ ਰਹੋ, ਅਸ਼ੁੱਧ ਵਸਤੂਆਂ ਕੋ ਮਤ ਛੂਓ, ਤੋ ਮੈਂ ਤੁਮੇ ਗ੍ਰਹਿਣ ਕਰੂੰਗਾ। ਪਰਮੇਸ਼ਰ ਨੇ ਕਿਹਾ ਉਹਨਾਂ ਵਸਤੂਆਂ ਤੋਂ ਜੋ ਤੁਹਾਨੂੰ ਦੂਸ਼ਿਤ ਕਰਦੀਆਂ ਆ, ਪਰਮੇਸ਼ਰ ਨੇ ਕਿਹਾ ਉਹਨਾਂ ਤੋਂ ਅਲੱਗ ਹੋਵੋ, ਉਹਨਾਂ ਦੇ ਵਿੱਚੋਂ ਨਿਕਲੋ, ਅਸ਼ੁੱਧ ਵਸਤੂਆਂ ਨੂੰ ਮਤ ਛੂਓ, ਤੋ ਮੈਂ ਤੁਮੇ ਗ੍ਰਹਿਣ ਕਰੂੰਗਾ, ਮੈਂ ਤੁਹਾਰਾ ਪਿਤਾ ਹੋਊਂਗਾ, ਔਰ ਤੁਮ ਮੇਰੇ ਬੇਟੇ ਬੇਟੀਆਂ ਹੋਵੋਗੇ। ਔਰ ਯਹ ਸਰਵ ਸ਼ਕਤੀਮਾਨ ਪਰਮੇਸ਼ਰ ਕਾ ਪ੍ਰਭੂ ਕਾ ਕਿਆ ਹੈ, ਵਚਨ ਹੈ। ਥੈਂਕ ਯੂ ਜੀਸਸ। ਇਹ ਪਰਮੇਸ਼ਰ ਦਾ ਕੀ ਆ? ਵਚਨ ਆ। ਪਰਮੇਸ਼ਰ ਨੇ ਕਿਹਾ ਮੈਂ ਆਪਣੀ ਕਲੀਸੀਆ ਨੂੰ ਕੀ ਕਰਾਂਗਾ? ਮੈਂ ਉਹਨਾਂ ਦੀ ਅਗਵਾਈ ਕਰਾਂਗਾ, ਮੈਂ ਉਹਨਾਂ ਨੂੰ ਉੱਚਾ ਕਰਾਂਗਾ। ਜਦੋਂ ਪਵਿੱਤਰ ਆਤਮਾ ਤੁਹਾਡੇ ਨਾਲ ਹੁੰਦਾ ਆ ਤਾਂ ਆਪਾਂ ਦੇਖਦੇ ਹਾਂ ਕੀ ਕੁਛ ਹੁੰਦਾ ਆ। ਜਦੋਂ ਪਵਿੱਤਰ ਆਤਮਾ ਤੁਹਾਡੇ ਨਾਲ ਹੁੰਦਾ, ਕਿਸੇ ਚੀਜ਼ ਦੀ ਚਿੰਤਾ ਨਹੀਂ ਹੁੰਦੀ, ਕੋਈ ਨਾਲ ਹੋਵੇ ਚਾਹੇ ਨਾਲ ਨਾ ਹੋਵੇ, ਪਰ ਇਹ ਪਤਾ ਹੁੰਦਾ ਆ ਕਿ ਪਵਿੱਤਰ ਆਤਮਾ ਜੋ ਸਰਵ ਸ਼ਕਤੀਮਾਨ ਪਰਮੇਸ਼ਰ ਦਾ ਆਤਮਾ ਆ, ਉਹ ਸਾਡੇ ਨਾਲ ਆ। ਕਦੇ ਕੋਈ ਚਿੰਤਾ ਨਹੀਂ ਹੁੰਦੀ, ਉਹ ਤੁਹਾਨੂੰ ਅਗਵਾਈ ਕਰਦਾ ਆ, ਉਹ ਤੁਹਾਨੂੰ ਗਾਈਡ ਕਰਦਾ ਆ, ਉਹ ਤੁਹਾਨੂੰ ਪਾਪ ਤੋਂ ਬਚਾਉਂਦਾ ਆ, ਉਹ ਤੁਹਾਨੂੰ ਉੱਚਾ ਕਰਦਾ, ਤੁਹਾਨੂੰ ਬਲੈਸ ਕਰਦਾ, ਉਹ ਤੁਹਾਨੂੰ ਨੰਬਰ ਕਰਦਾ, ਤੁਹਾਨੂੰ ਸਹਿਣਸ਼ੀਲਤਾ ਦਿੰਦਾ ਆ, ਉਹ ਪਰਮੇਸ਼ਰ ਦਾ ਆਤਮਾ। ਅਤੇ ਪਰਮੇਸ਼ਰ ਨੇ ਕਿਹਾ ਮੈਂ ਉਹਨਾਂ ਦੇ ਨਾਲ ਹੋਵਾਂਗਾ। ਅੱਜ ਫੈਸਲਾ ਕਰ ਚੁੱਕੇ ਹੋ, ਅੱਜ ਲਓ ਪਰਮੇਸ਼ਰ ਦੇ ਅੱਗੇ ਫੈਸਲਾ ਕਿ ਤੁਸੀਂ ਕਿਹਦੇ ਨਾਲ ਚੱਲਣਾ ਆ।